ਤਾਨੂੰ ਕਿਸੇ ਪ੍ਰਾਈਵੇਟ ਵੱਡੇ ਹਸਪੀਟਲ ਤੋਂ ਆਫਰ ਆਈ ਕਦੇ ਕਿ ਤੁਸੀਂ ਐਡੀ ਵੱਡੀ ਰਿਸਰਚ ਕੀਤੀ ਅਰਜਿੰਦਰਾ ਛੱਡੋ ਤੁਸੀਂ ਤੇ ਮੈਂ ਸਾਡੇ ਹਸਪੀਟਲ ਜਾਓ ਕਿ ਜੀ ਮੈਂ ਕਿਹਾ ਵੀ ਮੈਂ ਤਾਂ ਗਰੀਬ ਬ੍ਰੀਜ ਦਾ ਵੀ ਇਲਾਜ ਕਰਨਾ ਹੈਗਾ ਜਿਹੜਾ ਦੇ ਸਕਦਾ ਪੈਸੇ ਉਹਦੇ ਕੋਲ ਪੈਸੇ ਠੀਕ ਹੈ ਲੈ ਲਓ ਅਗਰ ਕੋਈ ਗਰੀਬ ਆ ਗਿਆ ਤੇ ਉਹਦਾ ਆਪਰੇਸ਼ਨ ਬਿਤਾ ਹੋਣਾ ਚਾਹੀਦਾ ਹੈਗਾ ਵਿੰਗੇ ਪਹਿਲਾਂ ਦੇ ਬੱਚੇ ਉੱਥੇ ਬਹੁਤ ਆਉਂਦੇ ਸੀਗੇ ਉੱਥੇ ਉਹ ਇਲਾਜ ਹੁੰਦਾ ਸੀਗਾ ਪਰ ਮੈਨੂੰ ਲੱਗਦਾ ਸੀ ਵੀ ਠੀਕ ਨਹੀਂ ਹੋ ਰਿਹਾ ਉਦੇਸ਼ੇ ਨਹੀਂ ਹੋ ਰਹੇ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਦਿਮਾਗ ਕੇ ਬਸੇ ਚੱਲਦਾ ਰਿਹਾ ਸਵਾਮੀ ਵਿਵੇਕਾਨੰਦ ਦਾ ਉਤਸਾਰ ਹੋ ਗਿਆ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟੈਮ ਟੀਵੀ ਮੈਂ ਗੁਰਮਖ ਸਿੰਘ ਰੁਪਾਣਾ ਇਸ ਸਮੇਂ ਅਸੀਂ ਪਟਿਆਲਾ ਦੇ ਵਿੱਚ ਡਾਕਟਰ ਆਰ ਐਲ ਮਿੱਤਲ ਜੀ ਕੋਲ ਪਹੁੰਚਿਆ ਜਿਨ੍ਹਾਂ ਨੂੰ ਹਾਲ ਹੀ ਚ ਨਵੰਬਰ ਮਹੀਨੇ ਦੇ ਵਿੱਚ ਪਦਮ ਸ਼੍ਰੀ ਅਵਾਰਡ ਮਿਲਿਆ ਬੇਸ਼ੱਕ ਇਸ ਤੋਂ ਪਹਿਲਾਂ ਉਹਨਾਂ ਨੂੰ ਕਾਫੀ ਅਵਾਰਡ ਜਿਹੜੇ ਪ੍ਰਾਪਤ ਹੋਏ ਨੇ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਦਿਖਾਉਣਗੇ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ ਅਵਾਰਡ ਜਿਹੜੇ ਡਾਕਟਰ ਸਾਹਿਬ ਨੂੰ ਮਿਲੇ ਨੇ ਉਹਨਾਂ ਦਾ ਇੱਕ ਵਾਰ ਦਰਸ਼ਕਾਂ ਨੂੰ ਜ਼ਰੂਰ ਜਿਹੜਾ ਹੈਗਾ ਉਹਨਾਂ ਨੂੰ ਦਿਖਾਉਣਗੇ ਕਿ ਅਲੱਗ-ਅਲੱਗ ਤਸਵੀਰਾਂ ਜਿਹੜੀਆਂ ਹੈਗੀਆਂ ਅਵਾਰਡ ਦੀਆਂ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਆਫਿਸ ਦੇ ਵਿੱਚ ਲੱਗੀਆਂ ਹੋਈਆਂ ਨੇ ਸੋ ਇੱਥੋਂ ਉਹਨਾਂ ਦੀ ਕਾਬਲੀਅਤ ਜੋ ਡਾਕਟਰ ਸਾਹਿਬ ਹੈਗੇ ਨੇ ਡਾਕਟਰ ਆਰ ਐਲ ਮਿੱਤਲ ਉਹਨਾਂ ਦੀ ਕਾਬਲੀਅਤ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਹੁਣ ਤੱਕ ਅਣਗਿਣਤ ਅਵਾਰਡ ਜਿਹੜੇ ਹੈਗੇ ਨੇ ਉਹਨਾਂ ਨੂੰ ਮਿਲ ਚੁੱਕੇ ਨੇ ਸੋ ਹੁਣ ਉਹਨਾਂ ਨੂੰ ਜਿਹੜਾ ਸਭ ਤੋਂ ਵੱਡਾ ਦੁਨੀਆ ਦਾ ਇੱਕ ਸਭ ਤੋਂ ਵੱਡਾ ਅਵਾਰਡ ਹੈਗਾ ਪਦਮਸ਼ਰੀ ਉਹ ਉਹਨਾਂ ਨੂੰ ਮਿਲਿਆ ਸੋ ਬੇਸ਼ੱਕ ਹੋਰ ਕੁਝ ਸਖਸ਼ੇਤਾ ਜਿਨ੍ਹਾਂ ਦੇ ਵਿੱਚ ਪਟਿਆਲਾ ਦੇ ਤਿਰਪੜੀ ਸਥਿਤ ਇੱਕ ਮਹਿਲਾ ਹੈਗੇ ਨੇ ਲਾਜਵੰਤੀ ਜਿਨ੍ਹਾਂ ਨੂੰ ਪੰਜਾਬੀ ਸੰਸਕ੍ਰਿਤੀ ਦਾ ਅੰਗ ਫੁਲਕਾਰੀ ਦੀ ਕਢਾਈ ਦੇ ਬਦਲੇ ਅਵਾਰਡ ਮਿਲਿਆ ਇਸ ਤੋਂ ਇਲਾਵਾ ਸਰਦਾਰ ਤਰਲੋਚਨ ਸਿੰਘ ਜੋ ਪਹਿਲਾਂ ਮੈਂਬਰ ਪਾਰਲੀਮੈਂਟ ਰਹੇ ਨੇ ਉਹਨਾਂ ਨੂੰ ਵੀ ਅਵਾਰਡ ਮਿਲਿਆ ਉਹ ਵੀ ਪਟਿਆਲਾ ਦੇ ਨਾਲ ਸੰਬੰਧ ਰੱਖਦੇ ਨੇ ਸੋ ਇਹ ਜੋ ਪਦਮਸ਼ਰੀ ਅਵਾਰਡ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਨੇ ਇਦੇ ਵਿੱਚ ਤਿੰਨ ਅਵਾਰ ਜਿਹੜੇ ਨੇ ਉਹ ਪਟਿਆਲਾ ਨੂੰ ਪ੍ਰਾਪਤ ਹੋਏ ਬੜੇ ਵੱਡੇ ਮਾਣ ਦੀ ਗੱਲ ਹੈ ਸੋ ਮੇਰੇ ਨਾਲ ਮੌਜੂਦ ਹੈਗੇ ਨੇ ਡਾਕਟਰ ਆਰ ਐਲ ਮਿੱਤਲ ਸੋ ਇਹ ਵੀ ਦਰਸ਼ਕਾਂ ਦੱਸਣਾ ਜ਼ਰੂਰੀ ਹੈ ਕਿ ਡਾਕਟਰ ਆਰ ਐਲ ਮਿੱਤਰ ਹੱਡੀਆਂ ਦੇ ਮਾਹਰ ਨੇ ਹੱਡੀਆਂ ਦੇ ਮਾਹਰ ਨੇ ਤੇ ਉਹ ਪਟਿਆਲਾ ਮੈਡੀਕਲ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਵੀ ਰਹਿ ਚੁੱਕੇ ਨੇ ਤੇ ਡਾਇਰੈਕਟਰ ਐਜੂਕੇਸ਼ਨ ਉਸ ਅਹੁਦੇ ਤੇ ਵੀ ਉਹ ਬਿਰਾਜਮਾਨ ਹੋ ਚੁੱਕੇ ਨੇ ਸੋ ਹੁਣ ਉਹ ਕਾਫੀ ਸਾਲਾਂ ਤੋਂ ਰਿਟਾਇਰ ਨੇ ਸੋ ਲੋਕਾਂ ਦੀ ਸੇਵਾ ਕਰ ਰਹੇ ਨੇ ਆਪਣੇ ਘਰ ਵਿੱਚ ਕਲੀਨਿਕ ਤੇ ਲੋਕਾਂ ਦੀ ਸੇਵਾ ਕਰ ਰਹੇ ਨੇ ਸੋ ਤੁਹਾਡੇ ਰੂਬਰੂ ਕਰਾਉਂਦੇ ਆ ਡਾਕਟਰ ਆਰ ਐਲ ਮਿੱਤਲ ਨਾਲ ਉਹਨਾਂ ਨਾਲ ਆਪਾਂ ਗੱਲਬਾਤ ਕਰ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੜ੍ਹਦੀ ਕਲਾ ਟੈਮਡੀ ਤੁਹਾਡਾ ਸਵਾਗਤ ਹੈ ਥੈਂਕ ਯੂ ਵੈਰੀ ਮਚ ਆਈ ਐਮ ਗ੍ਰੇਟਫੁਲ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਚੜ੍ਹਦੀ ਕਲਾ ਟੀਵੀ ਦਾ ਕਿ ਇੱਥੇ ਤੁਸੀਂ ਆਏ ਔਰ ਮੈਨੂੰ ਇਹ ਮੌਕਾ ਦਿੱਤਾ ਇੰਟਰਵਿਊ ਦਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਕਿ ਤੁਹਾਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਇਸ ਤੋਂ ਪਹਿਲਾਂ ਅਣਗਿਣਤ ਅਵਾਰਡ ਮਿਲੇ ਨੇ ਤੁਹਾਨੂੰ ਤੁਸੀਂ ਕਿੰਨਾ ਮਾਣ ਮਹਿਸੂਸ ਕਰ ਰਹੇ ਹੋ ਕਿ ਤੁਹਾਨੂੰ ਪਦਮ ਸ਼੍ਰੀ ਸਭ ਤੋਂ ਵੱਡਾ ਅਵਾਰਡ ਹੁੰਦਾ ਹੈ ਜਿਹੜਾ ਤੁਹਾਨੂੰ ਮਾਣ ਪ੍ਰਾਪਤ ਹੋਇਆ ਪਹਿਲਾਂ ਤਾਂ ਸਾਰੇ ਦੇਖੋ ਅਕੈਡੈਮਿਕ ਅਵਾਰਡਸ ਵੀ ਲੈ ਲਏ ਔਰ ਇਹ ਜਿਹੜਾ ਕੰਮ ਹੈਗਾ ਕਲੌਕ ਫੁੱਟ ਇਹ ਐਸੀ ਬਿਮਾਰੀ ਹੈ ਪੂਰੀ ਦੁਨੀਆ ਦੇ ਵਿੱਚ ਇਹ ਹੈਗੀ ਹੈ ਹਜ਼ਾਰ ਤੇ ਕਿਨਾ ਜਨਮ ਦੇ ਮਗਰ ਇੱਕ ਬੱਚਾ ਇਸ ਬਿਮਾਰੀ ਨਾਲ ਪੈਦਾ ਹੁੰਦਾ ਹੈਗਾ ਇਹ ਪਹਿਲਾ ਜਿਹੜਾ ਇਲਾਜ ਜਿਹੜਾ ਹੁੰਦਾ ਸੀਗਾ ਉਹ ਕਾਮਯਾਬ ਨਹੀਂ ਸੀਗਾ ਇਹ ਗੱਲ ਹੈ 1960s ਦੇ ਮੇਂ ਪਾਸ ਕੀਤਾ ਮੈਂ ਦੇਖਦਾ ਸੀਗਾ ਵੀ ਵਿੰਗੇ ਪੈਰਾਂ ਵਾਲੇ ਬੱਚੇ ਜਿਹੜੇ ਹੈਗੇ ਐ ਇਹ ਪੂਰੇ ਠੀਕ ਨਹੀਂ ਹੁੰਦੇ ਜਿੰਨੇ ਜਿਵੇਂ ਹੋਣਾ ਚਾਹੀਦਾ ਜਿਵੇਂ ਨਾਰਮਲ ਪੈਰ ਹੋਣਾ ਚਾਹੀਦਾ ਹੈਗਾ ਉਹ ਜਿਆ ਠੀਕ ਨਹੀਂ ਹੁੰਦਾ ਅੱਧਾ ਪਜਦਾ ਠੀਕ ਹੋ ਗਿਆ ਪੈਰ ਫੇਰ ਵਿੰਗੇ ਦਾ ਵਿੰਗਾ ਤੇ ਕੋਈ ਸਵਾਦ ਵਾਲੀ ਗੱਲ ਨਹੀਂ ਸੀ ਤੇ ਦਿਮਾਗ 'ਚੇ ਬਸ ਇਹ ਚੱਲਦਾ ਰਹਿ ਬੀ ਇਹਦੇ ਤੇ ਕੁਝ ਕੰਮ ਹੋਣਾ ਚਾਹੀਦਾ ਸਲਚ ਹੋਣੀ ਚਾਹੀਦੀ ਹੈਗੀ ਆ ਤੇ ਇਹ ਰਿਸਰਚ ਪਟਿਆਲੇ ਹੀ ਹੋਣੀ ਸੀ ਆਪਾਂ ਕਹਿੰਦੇ ਆ ਟਰੂਥ ਇਜ਼ ਸਟ੍ਰੇਂਜਰ ਥੈਨ ਫਿਕਸ਼ਨ ਕਿ ਤੁਹਾਨੂੰ ਜਿਹੜਾ ਅਵਾਰਡ ਮਿਲਿਆ ਉਹ ਇਸ ਬਦਲੇ ਮਿਲਿਆ ਗਿਆ ਕਿ ਤੁਸੀਂ ਇੱਕ ਬਿੰਗੇ ਪੈਰਾਂ ਵਾਲੇ ਬੱਚੇ ਉਹਨਾਂ ਤੇ ਰਿਸਰਚ ਕੀਤੀ ਹੈ ਖਾਸ ਕਰ 15 ਬੱਚਿਆਂ ਦੇ ਅਰਸਾ ਤੁਸੀਂ ਇਕੱਲਿਆਂ ਨੇ ਕੀਤੀ ਹੈ ਉਹ ਵੀ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਮੈਡੀਕਲ ਕਾਲਜ ਪਟਿਆਲਾ ਆਟੋਮਨ ਡਿਪਾਰਟਮੈਂਟ ਦੇ ਵਿੱਚ ਤੇ ਜਿਨਾਂ ਜਿਸ ਤੋਂ ਬਾਅਦ ਜਿਹੜੇ ਬੱਚਿਆਂ ਦੇ ਪੈਰ ਨੇ ਹੁਣ ਸਿੱਧੇ ਹੋਣ ਲੱਗ ਗਏ ਸਿੱਧੇ ਹੋਣ ਲੱਗ ਗਏ ਔਰ ਹਜ਼ਾਰਾਂ ਆਪਰੇਸ਼ਨ ਹੋ ਚੁੱਕਲ ਹੋ ਚੁੱਕੇ ਹੈ ਰਜਿੰਦਰ ਹਸਪਤਾਲ ਤੁਸੀਂ ਆਪਣੇ ਹੱਥਾਂ ਨਾਲ ਕਿੰਨੇ ਆਪਰੇਸ਼ਨ ਕੀਤੇ ਆ ਜਿਹੜੇ ਬੱਚੇ ਬਿਲਕੁਲ ਸਹੀ ਸਲਾਮਤ ਹੋ ਰਹੇ ਨੇ ਮੇਰਾ ਖਿਆਲ ਹੈ ਮੈਂ ਹੁਣ ਕੀ ਨਾ 1960 ਚ ਮੈਂ ਪਾਸ ਕੀਤਾ ਇਹ ਰਿਸਰਚ ਤਕਰੀਬਨ 70 ਦੇ ਨੇੜੇ ਹੋਈ ਹੈਗੀ ਹੈ ਤੇ 30 ਤੇ ਵੀ 50 ਸਾਲਾਂ ਦੇ ਵਿੱਚ ਤੁਸੀਂ ਲਗਾ ਲਓ ਵੀ ਹਜ਼ਾਰ ਤੋਂ ਆਪਰੇਸ਼ਨ ਤਾਂ ਮੈਂ ਆਪਣੇ ਹੱਥਾਂ ਨਾਲ ਕਰ ਚੁੱਕਿਆ ਹੋਵਾਂਗਾ ਹਜ਼ਾਰ ਤੋਂ ਉੱਪਰ ਜਦੋਂ ਜਦੋਂ ਤੁਸੀਂ ਔਨ 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 ਵੀ ਆਪਰੇਸ਼ਨ ਤੁਸੀਂ ਸਾਲ ਦੇ ਲਗਾ ਲੋ ਵੀ ਇੰਡੀਆ 'ਚ ਇੱਕ ਕੇਸ ਤੱਕ ਇੱਕ ਦੋ ਕੇਸ ਤੱਕ ਮਹੀਨੇ 'ਚ ਹੋ ਹੀ ਜਾਂਦੇ ਸੀਗੇ ਰਜਿੰਦਰ ਹਸਪਤਾਲ ਦੇ ਵਿੱਚ ਵੀ ਔਰ ਹੁਣ ਆਪਣੇ ਮਨ 95 ਚ ਮੈਡੀਕਲ ਹੋਇਆ ਹੁਣ ਵੀ ਹੁੰਦੇ ਹੈਗੇ ਆ ਤੇ ਮਤਲਬ ਹਜ਼ਾਰ ਤੋਂ ਉੱਪਰ ਤਾਂ ਮੈਂ ਕਰ ਚੁੱਕਿਆ ਤੁਹਾਨੂੰ ਜਿਹੜੀ ਤੁਸੀਂ ਰਿਸਰਚ ਕੀਤੀ ਹੈ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਗਰੀਬ ਬੱਚਿਆਂ ਨੂੰ ਖਾਸ ਕਰਕੇ ਫਾਇਦਾ ਹੋਇਆ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਨੂੰ ਇਹ ਉਮੀਦ ਨਹੀਂ ਸੀ ਕਿ ਉਹਨਾਂ ਦੇ ਬੱਚੇ ਤੁਰ ਸਕਣਗੇ ਸੋ ਤੁਹਾਡੇ ਰਿਸਰਚ ਦੇ ਸਦਕਾ ਉਹ ਬੱਚੇ ਅੱਜ ਉਹ ਮਾਪੇ ਆਪਣੇ ਬੱਚਿਆਂ ਨੂੰ ਤੁਰਦੇ ਦੇਖ ਰਹੇ ਨੇ ਤੁਹਾਨੂੰ ਕਿਸੇ ਪ੍ਰਾਈਵੇਟ ਵੱਡੇ ਹਸਪਤਾਲ ਤੋਂ ਆਫਰ ਆਈ ਕਦੇ ਕਿ ਤੁਸੀਂ ਐਡੀ ਵੱਡੀ ਰਿਸਰਚ ਕੀਤੀ ਅਰਜਿੰਦਰਾ ਛੱਡੋ ਤੁਸੀਂ ਤੇ ਮੈਂ ਸਾਡੇ ਹਸਪਤਾਲ ਜਾਓ ਮੈਨੂੰ ਬਿਲਕੁਲ ਜਦ ਰਿਟਾਇਰ ਹੋ ਕਲੰਬੀਆ ਏਸ਼ੀਆ ਨੇ ਮੈਨੂੰ ਅਪਰੋਚ ਕੀਤਾ ਕਿ ਤੁਸੀਂ ਸਾਨੂੰ ਜੁਆਇਨ ਕਰ ਲਓ ਤੇ ਹੋਰ ਵੀ ਪ੍ਰਾਈਵੇਟ ਹਸਪਤਾਲ ਜਿਹੜਾ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਅਮਰਸਤਾਲ ਵਾਲਾ ਨੇ ਵੀ ਕੀਤਾ ਹੋਰ ਵੀ ਕੀਤਾ ਤੇ ਕਿ ਜੀ ਮੈਂ ਕਿਹਾ ਵੀ ਮੈਂ ਤਾਂ ਗਰੀਬ ਬ੍ਰੀਜ ਦਾ ਵੀ ਇਲਾਜ ਕਰਨਾ ਹੈਗਾ ਜਿਹੜਾ ਦੇ ਸਕਦਾ ਪੈਸੇ ਉਹਦੇ ਕੋਲ ਪੈਸੇ ਠੀਕ ਹੈ ਲੈ ਲਓ ਅਗਰ ਕੋਈ ਗਰੀਬ ਆ ਗਿਆ ਤੇ ਉਹਦਾ ਆਪਰੇਸ਼ਨ ਵੀ ਤਾਂ ਹੋਣਾ ਚਾਹੀਦਾ ਹੈਗਾ ਉਹਦਾ ਵੀ ਤਹੱਕ ਹੈ ਸਾਡੇ ਆਪਣੇ ਸਕਿੱਲ ਦੇ ਉੱਤੇ ਜੋ ਸਾਨੂੰ ਰੱਬ ਨੇ ਗਿਆਨ ਦਿੱਤਾ ਹੈ ਗਰੀਬ ਦਾ ਵੀ ਹੱਕ ਹੈਗਾ ਉਹਨੇ ਮਨ ਕਰਤਾ ਕਿ ਅਸੀਂ ਗਰੀਬ ਦਾ ਇਲਾਜ ਨਹੀਂ ਕਰ ਸਕਦੇ ਹਾਂ ਜੀ ਉਹਨਾਂ ਨੇ ਕਿਹਾ ਕਿ ਗਰੀਬ ਦਾ ਇਲਾਜ ਨਹੀਂ ਕਰ ਸਕਦੇ ਅਸੀਂ ਕਿੰਨਾ ਨੇ ਜਿਹੜੇ ਹਸਪੀਟਲ ਵੱਡੇ ਸੀ ਜਿਨ੍ਹਾਂ ਨੂੰ ਤੁਸੀਂ ਕਿਹਾ ਉੱਥੇ ਮੈਂ ਉਹਨੇ ਪੁੱਛਾਂ ਉਹਨਾਂ ਨੂੰ ਮੈਂ ਤਾਂ ਮੇਰੇ ਮਾਈਂਡ 'ਚ ਹੀ ਸੀਗਾ ਵੀ ਪ੍ਰਾਈਵੇਟ ਹਸਪਤਾਲ ਐ ਪੇ ਹਸਪਤਾਲ ਐ ਐਦਾਂ ਵੱਡਾ ਸੈਟਅਪ ਹੈ ਉੱਥੇ ਤਾਂ ਪੈਸੇ ਲੈ ਕੇ ਮਤਲਬ ਕਰਨਾ ਪਏਗਾ ਤੇ ਅਗਰ ਕਿਸੇ ਗਰੀਬ ਦਾ ਕਰਨਾ ਹੈ ਤਾਂ ਉੱਥੇ ਔਖਾ ਹੋ ਜਾਏਗਾ ਮੈਂ ਆਪਣੇ ਮਨ ਨਾਲ ਹੀ ਸੋਚਿਆ ਮੈਨੂੰ ਨਹੀਂ ਪਤਾ ਉੱਥੇ ਕੀ ਸੈਟਅਪ ਹੈ ਹਾਂਜੀ ਐਵੇਂ ਮੈਂ ਕਹਾਂ ਤੇ ਮੈਂ ਸੋਚਿਆ ਵੀ ਇੱਥੇ ਤਾਂ ਮੇਰੀ ਆਪਣੀ ਮਰਜ਼ੀ ਹੈ ਮੈਂ ਮਤਲਬ ਥੋੜੇ ਲੈ ਲਾਂ ਜ਼ਿਆਦਾ ਲੈ ਲਾਂ ਨਾ ਲਵਾਂ ਠੀਕ ਹੈ ਨਾ ਪੇਸ਼ੈਂਟ ਦੇਖ ਕੇ ਉਹਦੇ ਹਿਸਾਬ ਨਾਲ ਆਪਣਾ ਠੀਕ ਹੈ ਕਰ ਲਓ ਕੋਈ ਮੈਂ ਬਹੁਤਾ ਵੱਡਾ ਸੈਟਅਪ ਇਸੇ ਲਈ ਨਹੀਂ ਬਣਾਇਆ ਅਗਰ ਕਿਸੇ ਗ੍ਰੀਪ ਦਾ ਕਰਨਾ ਤਾਂ ਉਹ ਵੀ ਕਰ ਸਕੀਏ ਠੀਕ ਹੈ ਤੇ ਕੀ ਨਾ ਅੱਛਾ ਇਹ ਜਿਹੜੀ ਸਲਟ ਹੈਗੇ ਨਾ ਮੈਨੂੰ ਮੇਰਾ ਐਟੀਟਿਊਡ ਦੇਖ ਕੇ ਨਾ ਮੈਨੂੰ ਪੰਜਾਬ ਸਰਕਾਰ ਨੇ 2016-17 ਦੇ ਵਿੱਚ ਮਾਤਾ ਕੁਸ਼ਲਿਆ ਹਸਪਤਾਲ ਦੇ ਵਿੱਚ ਫ੍ਰੀ ਆਪਰੇਸ਼ਨ ਕਰਨ ਦੇ ਵਾਸਤੇ ਮੈਨੂੰ ਅਧਿਕਾਰ ਦਿੱਤਾ ਸਪੈਸ਼ਲ ਅਧਿਕਾਰ ਦਿੱਤਾ ਕਿ ਅਧਿਕਾਰ ਜਿਹੜਾ ਤੁਹਾਨੂੰ ਫ੍ਰੀ ਹੈਗਾ ਮੈਨੂੰ ਪਤਾ ਲੱਗਿਆਗਾ ਕਿ ਤੁਹਾਨੂੰ ਇੱਕ ਫ੍ਰੀ ਅਧਿਕਾਰ ਹੈਗਾ ਜਿਹਦਾ ਕਿ ਮਾਤਾ ਕੁਸ਼ਲਿਆ ਹਸਪੀਟਲ ਤੇ ਰਜਿੰਦਰਾ ਹਸਪੀਟਲ ਮੈਡੀਕਲ ਕਾਲਜ ਤੁਸੀਂ ਫ੍ਰੀ ਇਲਾਜ ਕਰ ਸਕਦੇ ਹੋ ਕਿ ਜਿਹੜੇ ਉੱਥੇ ਐਡਮਿਟ ਹੈਗੇ ਨੇ ਬੱਚੇ ਉਹਨਾਂ ਦਾ ਇਲਾਜ ਜਾਂ ਜਿਹੜਾ ਤੁਹਾਡੇ ਕੋਲ ਆਂਦਾ ਉਹਨੂੰ ਲਿਜਾ ਕੇ ਇਲਾਜ ਕਰ ਸਕਦੇ ਹੋ ਉੱਥੇ ਕੋਈ ਵੀਂਗੇ ਪਹਿਲਾਂ ਦਾ ਆ ਗਿਆ ਪੇਸ਼ੈਂਟ ਤੇ ਉੱਥੇ ਉਹ ਦਾਖਲ ਕਰ ਲੈਂਦੇ ਮੈਨੂੰ ਦੱਸ ਦਿੰਦੇ ਕਿ ਜੀ ਇਹ ਇਹ ਹੈਗਾ ਕੇਸ ਤਾਨੂੰ ਲੱਗਿਆ ਵੀ ਮੈਂ ਆਰਥੋਡੋਡੈਟਿਕ ਜਿਹੜਾ ਸਰਜਨ ਬਣ ਗੇ ਤੁਹਾਨੂੰ ਉਸ ਸਮੇਂ ਲੱਗਿਆ ਹੋਣਾ ਵੀ ਗਲਤ ਕਰ ਲਿਆ ਵੀ ਆਪਾਂ ਗਲਤ ਲਾਈਨ ਜਿਹੜੀ ਯੂਜ਼ ਕਰ ਲਈ ਬਿਲਕੁਲ ਉਸ ਵੇਲੇ ਇਹੀ ਲੱਗਿਆ ਅੱਛਾ ਉੱਥੇ ਮੈਂ ਜਦੋਂ ਜੌਬ ਜੁਆਇਨ ਕੀਤੀ ਨਾ ਜੀ ਉੱਥੇ ਦੋ ਬੰਗਾਲੀ ਡਾਕਟਰ ਡਾਕਟਰ ਆਰ ਪੀ ਚੱਕਰਵਰਤੀ ਤੇ ਡਾਕਟਰ ਅਰਣ ਕੁਮਾਰ ਘੋਸ਼ ਉਹ ਸੁਭਿਸ਼ੇਵਕਨੰਦ ਦੇ ਬੰਗਾਲ ਦੀ ਮੂਵਮੈਂਟ ਉਹ ਬੰਗਾਲੀ ਸੀਗੇ ਉਹ ਗੱਲਾਂ ਕਰਦੇ ਸੀਗੇ ਲਾਮਾ ਕਿਸ਼ਨ ਮਿਸ਼ਨ ਦੀ ਤੇ Swami Vivekananda ਜਿਹੜੇ ਕਿ ਸਰਬ ਧਰਮ ਸਭਾ ਦੇ ਵਿੱਚ ਸ਼ਿਕਾਗੋ ਚ 1893 ਦੇ ਵਿੱਚ ਉਹਨਾਂ ਨੇ ਲੈਕਚਰ ਦਿੱਤਾ ਔਰ ਫਿਰ ਸਾਰੀ ਦੁਨੀਆ ਤੇ ਛਾ ਗਏ ਔਰ ਇਹ ਮਤਲਬ ਬਾਕੀ ਸਭ ਨੇ ਉੱਥੇ ਗੱਲ ਕੀਤੀ ਆਪਣੇ ਆਪਣੇ ਧਰਮ ਦੀ Swami ji ਨੇ ਗੱਲ ਕੀਤੀ ਵੀ ਸਾਡਾ ਦੇਸ਼ ਤਾਂ ਸਾਰੇ ਧਰਮਾਂ ਨੂੰ ਮੰਨਦਾ ਹੈਗਾ ਜਿਵੇਂ ਸਾਰੀ ਨਦੀਆਂ ਇੱਕ ਸਮੁੰਦਰ ਚ ਜਾ ਕੇ ਮਿਲ ਜਾਂਦੀਆਂ ਇਸੇ ਤਰ੍ਹਾਂ Swami Vivekananda ਨੇ ਕਿਹਾ ਕਿ ਸਾਰੇ ਧਰਮ ਇੱਕੋ ਹੀ ਇੱਕ ਓੰਕਾਰ ਇੱਕੋ ਰੱਬ ਨੂੰ ਜਾ ਕੇ ਮਿਲਦੇ ਹੈਗੇ ਆ ਤੇ ਅਸੀਂ ਤਾਂ ਉਸ ਮੈਂ ਤਾਂ ਉਸ ਕੰਟਰੀ ਨੂੰ ਬਿਲੋਂਗ ਕਰਦਾ ਜਿੱਥੇ ਸਾਰੇ ਤਰ੍ਹਾਂ ਇੱਕ ਮਤਲਬ ਹੈਗੇ ਆ ਪਰ ਇੱਕੋ ਹੀ ਰੱਬ ਇੱਕੋ ਹੀ ਹੈਗਾ ਉਹਨਾਂ ਨੇ ਇਹ ਸੰਦੇਸ਼ ਦਿੱਤਾ ਅੱਛਾ ਉੱਥੇ ਮੈਂ ਮਤਲਬ ਵਿੰਗੇ ਪੈਰਾਂ ਦੇ ਬੱਚੇ ਉੱਥੇ ਬਹੁਤ ਆਉਂਦੇ ਸੀਗੇ ਉੱਥੇ ਉਹ ਇਲਾਜ ਹੁੰਦਾ ਸੀਗਾ ਪਰ ਮੈਨੂੰ ਲੱਗਦਾ ਸੀ ਵੀ ਠੀਕ ਨਹੀਂ ਹੋ ਰਿਹਾ ਪੂਰੇ ਸਿੱਧੇ ਨਹੀਂ ਹੋ ਰਹੇ ਇਹਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਦਿਮਾਗ 'ਚੇ ਬਸ ਚੱਲਦਾ ਰਿਹਾ ਸਵਾਮੀ ਵਿਵੇਕਾਨੰਦ ਦਾ ਪੂਤਸਾਰ ਹੋ ਗਿਆ ਹਾਂਜੀ ਤਨ ਪੋਤਾ ਇਹ ਸਵਾਮੀ ਵਿਵੇਕਾਨੰਦ ਅੱਠ ਸਾਲ ਮਲੇ ਉਹਨਾਂ ਨੂੰ ਸਿਰਫ 93 ਤੋਂ 1902 ਤੱਕ ਪੂਰੇ ਹੋ ਗਏ 93 ਤੋਂ ਬਾਅਦ ਮਸ਼ਹੂਰ ਹੋਏ ਅੱਠ ਸਾਲ ਦੇ ਵਿੱਚ ਦੁਨੀਆ ਤੇ ਛਾ ਗਏ 150 ਸੈਂਟਰ ਰਸਵਲੇ ਇਹ ਮਿਸ਼ਨ ਦੇ ਹੈਗੇ ਸੇਵਾ ਸੰਸਥਾਵਾਂ ਤੇ ਤੇ ਉਹਨਾਂ ਨੇ ਬਸ ਇਹ ਉਹਨਾਂ ਦੇ ਕੋਟੇਸ਼ਨ ਆਈ ਵਰਸ਼ਿਪ ਦੈਟ ਗੋਡ ਹੂਮ ਦ ਇਗਨੋਰੈਂਟ ਕਾਲ ਮੈਂ ਉਸ ਪ੍ਰਭੂ ਦੀ ਪੂਜਾ ਕਰਦਾ ਹਾਂ ਜਿਹਨੂੰ ਅਗਿਆਨੀ ਲੋਕ ਮਨੁੱਖ ਆਖਦੇ ਹਨ ਇਹ ਸਵਾਮੀ ਵਿਵੇਕਾਨੰਦ ਦਾ ਜੀ ਕੋਟੇਸ਼ਨ ਹੈ ਔਰ ਇਸੇ thought ਦੇ ਅੰਦਰ ਉਹਨਾਂ ਨੇ రామਕ੍ਰਿਸ਼ਨ ਮਿਸ਼ਨ ਸੇਵਾ ਸੰਸਥਾ ਸ਼ੁਰੂ ਕੀਤੀ ਜਿਹੜੀ ਕਿ ਸੰਨਿਆਸੀ ਲੋਗ ਉਹਨੂੰ ਮੈਨੇਜ ਕਰਦੇ ਐ ਮੈਂ ਤਾਂ ਉਹਨਾਂ ਨੂੰ ਉਹਨਾਂ ਨੂੰ ਮੰਨਦਾ ਤੇ ਇਹ ਇਹ ਸਵਾਮੀ ਵਿਵੇਕਾਨੰਦ ਦਾ ਸੰਦੇਸ਼ ਜਿਹੜਾ ਸੀਗਾ ਇਹ ਮੇਰੇ ਦਿਮਾਗ ਤੇ ਬੈਠ ਗਿਆ ਵੀ ਇਹ ਸੇਵਾ ਦਾ ਕੰਮ ਹੀ ਕਰਨਾ ਚਾਹੀਦਾ ਉਹਦੇ ਕਲੱਬ ਫੁੱਟ ਦੀ ਉੱਥੋਂ ਮੈਂ ਕਲੱਬ ਫੁੱਟ ਲਿਆ ਨਾਲ ਸਵਾਮੀ ਵਿਵੇਕਾਨੰਦ ਦਾ ਇਨਫਲੂਐਂਸ ਦਿਮਾਗ ਤੇ ਹੋ ਗਿਆ ਇਹ ਬਿਲਕੁਲ ਕੋਈ ਆ ਗਿਆ ਮੈਂ ਉੱਥੇ ਭੇਜਦੇ ਹਾਂ ਉਹਨਾਂ ਨੂੰ ਟੈਲੀਫੋਨ ਕਰ ਦੇਣਾ ਇਦਾਂ ਕਰਕੇ ਮੈਂ ਵੀ ਕੇਸ ਆ ਰਿਹਾ ਜਿਹੜਾ ਗਰੀਬ ਹੈਗਾ ਉੱਥੇ ਆਪਰੇਸ਼ਨ ਕਰਨਾ ਹੈਗਾ ਤੇ ਉਹਨਾਂ ਦੇ ਆਪਰੇਸ਼ਨ ਉੱਥੇ ਹੋ ਵੀ ਜਾਂਦਾ ਹੈ ਇੱਕ ਤਾਂ ਰਜਿੰਦਰ ਹਸਪਤਾਲ ਤੇ ਮੈਂ ਪਿਛਲੇ ਮਹੀਨੇ ਹੀ ਕੀਤਾ ਹੈ ਇੱਥੇ ਦਾ ਇਹ ਗਰੀਬ ਬੱਚਾ ਹੈ ਉਹਦਾ ਜਿਹੜਾ ਡਿਫਾਰਮਿਟੀ ਸੀਗੀ ਨਾ ਜੀ ਉਹ ਇਹ ਉਹ ਵਰਲਡ ਦਾ ਪਹਿਲਾ ਕੇਸ ਹੈਗਾ ਬਲਕਿ ਟ੍ਰਿਬਿਊਨ ਅਖਬਾਰ ਨੇ ਉਹਦੀ ਕਵਰੇਜ ਵੀ ਦਿੱਤੀ ਹੈ ਗੁਰਸੇਵਕ ਸਿੰਘ ਨਾ ਉਹਦਾ ਪੈਸਾ ਸੀਗਾ ਐਸ ਹੁੰਦਾ ਨਾ ਅੰਗਰੇਜ਼ੀ ਦਾ ਉਹਦੀ ਸ਼ੇਪ ਪੈਰ ਦੀ ਐਸ ਸ਼ੇਪਡ ਸੀਗੀ ਉਹ ਠੀਕ ਕੀਤਾ ਉਹ ਦਾ ਆਪਣੇ ਰਜਿੰਦਰਾ ਬਲਕਿ ਰਜਿੰਦਰਾ ਹਸਪਤਾਲ ਦੇ ਵਿੱਚ ਉਸ ਵੇਲੇ ਦਾਖਲਤਾ ਮੈਂ ਕਰਤਾ ਪੰਜ-ਛੇ ਦਿਨ ਉੱਥੇ ਹੜਤਾਲ ਤੁਲ ਚੱਲ ਰਹੀ ਸੀ ਤੇ ਮੈਂ ਕਿਹਾ ਵੀ ਤੂੰ ਆ ਜਾ ਬੇਟੇ ਤੇਰੇ ਮੈਂ ਬਾਹਰ ਹੀ ਕਰ ਦੇਣਾ ਉਹ ਦਾ ਬਲਕਿ ਪ੍ਰਾਈਵੇਟ ਹਸਪਤਾਲ ਦੇ ਵਿੱਚ ਕੀਤਾ ਉੱਥੇ ਵੀ ਫ੍ਰੀ ਕਰਤਾ ਮੈਂ ਅੱਜ ਅੱਜ ਬੱਚਾ ਬਿਲਕੁਲ ਸਹੀ ਸਲਾਮਤ ਹੋ ਰਿਹਾ ਬਿਲਕੁਲ ਬਿਲਕੁਲ ਹੈਗਾ ਬਿਲਕੁਲ ਠੀਕ ਹੈ ਉਹ ਗੁਰਸੇਵਕ ਸਿੰਘ ਉਹ ਇੱਥੇ ਹੀ ਹੈਗਾ ਉਹਦਾ ਟੈਲੀਫੋਨ ਨੰਬਰ ਵੀ ਮੇਰੇ ਕੋਲ ਹੈਗਾ ਜੇ ਤੁਸੀਂ ਉਹਨਾਂ ਨਾਲ ਗੱਲ ਕਰਨੀ ਤਾਂ ਬੇਸ਼ੱਕ ਗੱਲ ਵੀ ਕਰ ਸਕਦੇ ਹੋ ਡਾਕਟਰ ਸਾਹਿਬ ਤੁਸੀਂ ਜਦੋਂ ਪਦਮ ਸ਼੍ਰੀ ਵਾਰਡ ਤੁਹਾਨੂੰ ਮਿਲਿਆ ਤੁਸੀਂ ਅਪਲਾਈ ਕੀਤਾ ਜਾਂ ਤੁਹਾਨੂੰ ਆਪਣੇ ਆਪ ਕਾਲ ਆਈ ਹੈ ਸਰਕਾਰ ਵੱਲੋਂ ਇਸ ਤਰ੍ਹਾਂ ਇਹ ਨੈੱਟ ਤੇ ਨਾ ਗਵਰਨਮੈਂਟ ਆਫ ਇੰਡੀਆ ਦੀ ਐਡ ਆਂਦੀ ਹੈਗੀ ਹੈ ਹਾਂਜੀ ਤੇ ਉਹ ਨੋਮੀਨੇਸ਼ਨ ਮੰਗਦੇ ਹੈਗੇ ਆ ਆਪਣੇ ਆਪ ਤਾਂ ਨਹੀਂ ਹੁੰਦਾ ਨਾ ਨੋਮੀਨੇਸ਼ਨ ਤੇ ਭੇਜਣੀ ਪਵੇਗੀ ਉਹ ਆਪਣੇ ਸਾਰੇ ਜਾਂ ਤਾਂ ਗਵਰਨਮੈਂਟ ਮੰਗੇ ਕੋਈ ਵੀ ਮੰਗੇ ਯਾਨੀ ਯਾ ਤਾਂ ਤੁਸੀਂ ਆਪ ਕਰ ਆਪ ਵੀ ਕਰ ਸਕਦੇ ਹੋ ਕੋਈ ਹੋਰ ਵੀ ਤੁਹਾਡੇ ਬਿਹਾਫ ਤੇ ਕਰ ਸਕਦਾ ਹੈ ਇਹ ਤੁਸੀਂ ਆਪ ਕੀਤਾ ਤੁਹਾਡੇ ਬਿਆਪ ਤੇ ਕਿਸੇ ਨੇ ਆਪ ਕਿਤੀ ਨਾਮੀਨੇਸ਼ਨ ਐਡ ਆਂਦੀ ਗਵਰਨਮੈਂਟ ਦੀ ਤੇ ਉਹ ਮੈਂ ਆਪਣੀ ਸੈਲਫ ਨਾਮੀਨੇਸ਼ਨ ਕਹਿੰਦੇ ਨੇ ਉਹਨੂੰ ਜਾਂ ਕੋਈ ਹੋਰ ਕਰ ਦੇਵੇ ਤੁਹਾਡੇ ਬਿਹਾਫ ਤੇ ਜਾਂ ਤੁਸੀਂ ਆਪ ਕਰ ਦੋ ਮੈਂ ਸੈਲਫ ਨਾਮੀਨੇਸ਼ਨ ਕੀਤੀ ਸੀਗੀ ਤੇ ਤੁਹਾਡਾ ਨਾਮ ਪ੍ਰਪੋਜ਼ ਹੋ ਗਿਆ ਤੇ ਤੁਹਾਡਾ ਨਾਮ ਆ ਗਿਆ ਤੁਹਾਨੂੰ ਵੋਟ ਮਿਲ ਗਿਆ ਮਿਲ ਗਿਆ ਵੋਟ ਮਿਲ ਗਿਆ ਉਹ ਸਾਰੇ ਡਾਕੂਮੈਂਟ ਜੋ ਗਵਰਨਮੈਂਟ ਚਾਹਦੀ ਸੀਗੀ ਉਹ ਸਾਰੇ ਡਾਕੂਮੈਂਟ ਲਗਾ ਦਿੱਤੇ ਤੇ ਸਾਰੇ ਪ੍ਰੂਫ ਲਗਾ ਦਿੱਤੇ 1972 ਦੇ ਵਿੱਚ ਇੰਡੋ ਪਾਕਿਸਤਾਨ ਵਾਰ ਹੋਈ ਹੈ ਹਾਂਜੀ ਅੱਜ 50 ਸਾਲ ਹੋ ਗਏ ਉਹਦੀ ਐਨੀਵਰਸਰੀ ਬਲਕੇ ਪਿੱਛੇ 911 ਨੂੰ ਮਨਾਈ ਗਈ ਹੈ ਤੇ ਉਥੇ ਫਾਜ਼ਿਲਕਾ ਸੈਕਟੇ ਦੇ ਵਿੱਚ ਇੰਡੀਆ ਦੀ ਪੋਜੀਸ਼ਨ ਥੋੜੀ ਡਾਊਨ ਸਗੀ ਤੇ ਸਰਕਾਰ ਦੀ ਲੈਟਰ ਆਈ ਕਿ ਸਾਨੂੰ ਵੋਲੰਟੀਅਰ ਟੀਮ ਚਾਹੀਦੀ ਪਟਿਆਲੇ ਤੋਂ ਆਰਥਵਿਦਿਕ ਸੈਲਟ ਵੋਲੰਟੀਅਰ ਜਿਹੜਾ ਕਰੇ ਉੱਥੇ ਜਾ ਕੇ ਆਰਮੀ ਦੀ ਹੈਲਪ ਕਰੇ ਕਿਉਂਕਿ ਉੱਥੇ ਕਾਫੀ ਜ਼ਖਮੀ ਹੋ ਰਹੇ ਹਨ ਤੇ ਉਹਨਾਂ ਦੇ ਮਤਲਬ ਟ੍ਰੀਟਮੈਂਟ ਨਹੀਂ ਲੋੜ ਹੈ ਮੈਂ ਵਾਲੰਟੀਅਰ ਕੀਤਾ ਉੱਥੇ ਗਿਆ 15 ਦਿਨ ਰਿਹਾ ਤੇ ਉੱਥੇ ਆਪਰੇਸ਼ਨ ਕੀਤੇ ਇਹ ਸਰਜਨ ਬਣਾ ਫਿਜ਼ੀਸ਼ੀਨ ਬਣਾ ਪਰ ਮੈਨੂੰ ਕੁਦਰਤ ਨੇ ਸ਼ਾਇਦ ਜਨਮ ਹੀ ਇਸ ਲਈ ਦਿੱਤਾ ਕਿ ਮੈਂ ਇਹ ਕੰਮ ਕਰਾਂ ਇਹ ਰਿਸਰਚ ਇਥੇ ਹੋਣੀ ਸੀਗੀ ਮੈਂ ਤਾਂ ਚਾਹ ਨਾ ਮੈਂ ਦਿੱਲੀ ਚਲਾ ਕੇ ਜਬਾਪਸ ਇੱਥੇ ਆਇਆ ਇਹ ਰਿਸਰਚ ਕਰਨ ਲਈ ਉਹਦੇ ਕੰਮ ਕਰਨ ਲਈ ਮੈਨੂੰ ਤਾਂ ਐ ਲੱਗਦਾ ਸ਼ਾਇਦ ਪਰਮਾਤਮਾ ਨੇ ਜਨਮ ਇਸਤਮ ਲਈ ਦਿੱਤਾ ਹੈਗਾ 50 ਸਾਲ ਹੋ ਗਏ ਇਸ ਤੋਂ ਇੱਕ ਕੰਮ ਮੇਰੀ ਉਮਰ ਮੈਂ ਅੱਜ ਮਾਨ ਮਹਿਸੂਸ ਕਰ ਰਹੇ ਹਾਂ ਕਿ ਹਾਂ ਵਾਕਈ ਮੈਸਾ ਹੀ ਟ੍ਰੈਕ ਬਸ ਮੈਂ ਟਾਪ ਆਫ ਦੀ ਵਰਲਡ ਮਹਿਸੂਸ ਕਰ ਰਿਹਾ ਪੀ ਜਿਹੜਾ ਕੰਮ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਤੁਹਾਨੂੰ ਇਦਾਂ ਰੱਖੇ ਅੱਜ ਇੰਡੀਆ ਦੀ ਰਚਾ ਚ ਇਸ ਵੇਲੇ ਹਾਜ਼ਰੀ ਸੱਚ ਹੈ ਵਰਲਡ ਕਲਾਸ ਸੱਚ ਹੈ ਦੁਨੀਆਂ ਦੇ ਉੱਤੇ ਇੰਡੀਆ ਦਾ ਨਾਮ ਹੈ ਵੀ ਇਸ ਰਚਾ ਚ ਲਈ ਇਹੋ ਜਿਹਾ ਕੰਮ ਅੱਜ ਤੱਕ ਦੁਨੀਆਂ ਦੇ ਵਿੱਚ ਕਿਸੇ ਨੇ ਨਹੀਂ ਕੀਤਾ ਜਿਹੜਾ ਕਿ ਪਰਮਾਤਮਾ ਨੇ ਮੇਰੇ ਕੋਲੋਂ ਕਰਵਾਇਆ ਮੈਂ ਬਹੁਤ ਕਿਨਾ ਹਿਊਮਿਲਟੀ ਨਾਲ ਇਹ ਗੱਲ ਕਹਿ ਰਹੇ ਮੇਰੇ ਕੋਈ ਕੋਈ ਕਮਾਂਡ ਨਹੀਂ ਮੈਨੂੰ ਹੈਗਾ ਇਹ ਹਿਊਮਿਲਟੀ ਨਾਲ ਇਹ ਕਹਿ ਰਹੇ ਪਰਮਾਤਮਾ ਨੇ ਇਹੋ ਜਿਹਾ ਕੰਮ ਕਰਾਇਆ ਜਿਹੜਾ ਅੱਜ ਤੱਕ ਕਿਸੇ ਨੇ ਦੁਨੀਆ ਦੇ ਵਿੱਚ ਨਹੀਂ ਕੀਤਾ ਔਰ ਇੰਡੀਆ ਦਾ ਮਾਨ ਐਸਵੇਲੇ ਸ਼ਿਲ ਸੱਚ ਲਈ ਦੁਨੀਆ ਦੇ ਤਖਤੇ ਤੇ ਹੈਗਾ ਔਰ ਭਾਰਤ ਸਰਕਾਰ ਨੇ ਤਾਂ ਹੀ ਮੈਨੂੰ ਪਦਮ ਸ਼੍ਰੀ ਨਾਲ ਨਵਾਜਿਆ ਡਾਕਟਰ ਸਾਹਿਬ ਜਦੋਂ ਤੁਸੀਂ ਐਜ਼ ਅ ਪ੍ਰਿੰਸੀਪਲ ਗਵਰਨਮੈਂਟ ਕਾਲਜ ਪਟਿਆਲਾ ਸੀਗੇ ਕੀ ਜੋ ਅੱਜ ਹੋ ਰਿਹਾ ਤੁਸੀਂ ਦੇਖੋ ਪੰਜਾਬ ਸਰਕਾਰ ਨੇ ਸਿਰ ਤੋੜ ਜਤਨ ਕੀਤੇ ਹੋਇਆ ਕਿ ਗਰੀਬਾਂ ਨੂੰ ਹਸਪਤਾਲਾਂ ਦੇ ਵਿੱਚ ਫ੍ਰੀ ਜਿਹੜੀ ਦਵਾਈਆਂ ਦੇ ਦੇ ਜਾ ਰਹੀਆਂ ਆਸ਼ੁਮਨ ਯੋਜਨਾ ਚੱਲ ਰਹੀ ਹੈ ਅਲੱਗ ਅਲੱਗ ਤਰ੍ਹਾਂ ਦੇ ਬੀਮੇ ਚੱਲ ਰਿਹਾ ਨਿੱਜੀ ਕੰਪਨੀਆਂ ਸਰਕਾਰੀ ਕੰਪਨੀਆਂ ਚੱਲ ਰਹੀਆਂ ਰਿਟਾਇਰਮੈਂਟ ਦੇ ਬੀਮੇ ਚੱਲ ਰਹੇ ਆ ਬਹੁਤ ਕੁਝ ਹੈਗਾ ਬਟ ਸਰਕਾਰੀ ਹਸਪਤਲ ਇੰਨਾ ਕਿ ਵਿਸ਼ਵਾਸ ਖੋ ਚੁੱਕੇ ਨੇ ਲੋਕਾਂ ਤੋਂ ਕਿ ਬੜਾ ਨਿਗਾਰ ਆ ਗਿਆ ਕੀ ਅੱਜ ਦੇ ਟਾਈਮ 'ਚ ਇਹ ਆ ਜਾਂ ਪਹਿਲਾਂ ਵੀ ਇਦਾਂ ਹੀ ਹੁੰਦਾ ਸੀ ਜਦੋਂ ਤੁਸੀਂ ਐਜ ਇੱਕ ਪ੍ਰਿੰਸੀਪਲ ਹੁੰਦੇ ਸੀਗੇ ਇੱਕ ਡਾਕਟਰ ਹੁੰਦੇ ਸੀ ਦੇਖੋ ਜਦ ਮੈਂ ਗਸਟਰੀਡ ਸਰਵਿਸ ਜੁਆਇਨ ਕੀਤੀ ਹੈਗੀ ਹੈ 315 ਰੁਪਏ ਤਨਖਾਹ ਸੀਗੀ ਹੈ ਉਹਦੇ ਉਹਦੇ ਚ ਮਸ ਸੀਗਾ ਸਾਈਕਲ ਹੁੰਦਾ ਸੀਗਾ ਕਰੇ ਨਹੀਂ ਮਹਿਸੂਸ ਹੋਇਆ ਵਿਕਾਰ ਹੋਵੇ ਮੈਂ ਤਾਂ ਕਾਰ ਖਰੀਦੀ ਜਾ ਕੇ ਆ ਸ਼ਾਦੀ ਤੋਂ ਬਾਅਦ ਪਹਿਲਾਂ ਸਕੂਟਰ ਖਰੀਦਿਆ ਸ਼ਾਦੀ ਤੋਂ ਬਾਅਦ 68 68 ਦੇ ਵਿੱਚ ਫਿਰ 72 74 'ਚ ਜਾ ਕੇ ਕਾਰ ਮੈਂ ਲਈ ਉਸ ਵੇਲੇ ਫिएट ਕਾਰ ਉਹ ਆਪਣੇ ਕਰਜ਼ਾ ਲੈ ਕੇ ਕਾਰ ਖਰੀਦੀ ਤੇ 17000 ਰੁਪਏ ਦੀ ਕਾਰ ਆਈ ਸੀ ਜੀ ਨਿੱਜੀ ਪ੍ਰੈਕਟਿਸ ਕਰਦੇ ਸੀ ਉਦੋਂ ਨਾ ਮੈਡੀਕਲ ਕਾਲਜ ਚ ਕੋਈ ਅਲਾਉਡ ਨਹੀਂ ਸੀ ਕਦੇ ਨਹੀਂ ਕੀਤੀ ਅ ਅੱਜ ਕੱਲ ਤੁਸੀਂ ਦੇਖ ਰਹੇ ਹੋ ਕਿ 70 80 ਪਰਸੈਂਟ ਇਹ ਸਰਕਾਰੀ ਡਾਕਟਰ ਹੈ ਉਹ ਨਿੱਜੀ ਪ੍ਰੈਕਟਿਸ ਕਰਦੇ ਨੇ ਤੁਸੀਂ ਦੇਖੋਗੇ ਕਿ ਜਿਹੜੇ ਸਰਕਾਰੀ ਹਸਪਤਾਲ ਪੇਸ਼ੈਂਟ ਬੈਠੇ ਨੇ ਉਹ ਸਵੇਰੇ ਮੰਨ ਲਓ 8 ਵਜੇ ਆ ਕੇ ਬੈਂਦੇ ਆ ਡਾਕਟਰ ਕੋਈ 9:30 ਆ ਰਿਹਾ ਕੋਈ 10 ਆ ਰਿਹਾ ਤੇ ਘਰਾਂ ਦੀ ਪ੍ਰੈਕਟਿਸ ਚੱਲ ਰਹੀ ਹੈ ਸ਼ਾਮ ਨੂੰ ਚੱਲਦੀ ਹੈ ਨਿੱਜੀ ਹਸਪਤਾਲਾਂ ਚੱਲ ਰਹੀ ਹੈ ਤੇ ਲੋਕ ਪਰੇਸ਼ਾਨ ਨੇ ਕਾਰਨ ਕੀ ਆ ਲੋ ਡਾਕਟਰ ਕੰਮ ਨਹੀਂ ਕਰਨਾ ਚਾਹੁੰਦੇ ਜਾਂ ਲੋਕਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਮੇਰਾ ਸਵਾਲ ਉਹੀ ਫੇਰ ਦੁਬਾਰਾ ਆ ਗਿਆ ਕਿ ਕੀ ਇਹ ਵਿਸ਼ਵਾਸ ਦੁਆਰਾ ਬਣ ਸਕੇਗਾ ਕੋਈ ਉਮੀਦ ਹੈ ਤੁਹਾਨੂੰ ਬਣ ਸਕਦਾ ਥੋੜਾ ਆਪਣੇ ਮੈਂ ਇਹਦੇ ਬਾਰੇ ਕੀ ਕਮੈਂਟ ਕਰਾ ਹੁਣ ਮੈਂ ਤਾਂ ਹਾਂ ਜੀ ਤੁਸੀਂ ਡਾਕਟਰ ਨੂੰ ਕੀ ਸਲਾਹ ਦੇਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹਿਣਾ ਵੀ ਆਪਣਾ ਜਿਹੜਾ ਹੈ ਨਾ ਹੁਣ ਜੋ ਹਾਲਾਤ ਹੈਗੇ ਆ ਸਰਕਾਰੀ ਮੈਡੀਕਲ ਕੋਈਆ ਪ੍ਰਾਈਵੇਟ ਮੈਡੀਕਲ ਕਾਲਜ ਰਿਸਰਚ ਬਹੁਤ ਪਿੱਛੇ ਚਲੀ ਗਈ ਹੈ ਹੁਣ ਰਿਸਰਚ ਨਹੀਂ ਹੋ ਰਹੀ ਰਿਸਰਚ オリジナル ਸਰਚ ਨਹੀਂ ਹੋ ਰਹੀ ਉਹ ਹੋਣੀ ਚਾਹੀਦੀ ਹੈ ਕਿ ਆਫਟਰ オリジナル ਸਰਚ ਸਰਚ ਬਿਲਕੁਲ ਬੰਦ ਹੈ ਜਾਂ ਡਾਕਟਰ ਕਰਦੇ ਨਹੀਂ ਰਿਸਰਚ ਕਰਨਗੇ ਦੇਖੋ ਸਰਚ ਕਰਨ ਦੇ ਵਾਸਤੇ ਮਿਹਨਤ ਦੀ ਲੋਕ ਹੈਗੀ ਆ ਔਰ ਯਾਨੀ ਜਿਹੜੇ ਸਟੂਡੈਂਟ ਪੀਜੀ ਕਰਦੇ ਹੈ ਨਾ ਮੇਰਾ ਇਹ ਮੰਨਣਾ ਹੈਗਾ ਉਹਨਾਂ ਨੂੰ ਐਸੇ ਥੀਸਿਸ ਦਿੱਤੇ ਜਾਣ ਐਸੇ ਸਬਜੈਕਟ ਦਿੱਤੇ ਜਾਣ ਜਿਹੜੇ ਕਿ origignal research ਜਿਹਦੇ ਚ ਹੋਵੇ ਨਵੀਂ ਚੀਜ਼ ਕੋਈ ਨਾ ਕੋਈ ਹੋਵੇ ਮੈਂ ਜਿੰਨੇ ਥੀਸਿਸ ਆਪਣੇ ਟਾਈਮ 'ਚ ਕਰਵਾਏ ਸਭ origignal research ਵਾਲੇ ਕਰਵਾਏ ਸੀ ਜਿਨ੍ਹਾਂ 'ਚ ਕੁਛ ਨਾ ਕੁਛ ਨਵੀਂ ਚੀਜ਼ ਹੁੰਦੀ ਸੀਗੀ। ਉਹ ਥੀਸਿਸ ਜਿਹੜੇ ਕਾਪੀ ਪੇਸਟ ਹੈ। ਹਾਂਜੀ। ਹੁਣ ਜਿਹੜੇ ਥੀਸਿਸ ਨੇ ਕੀ ਉਹ ਕਾਪੀ ਪੇਸਟ ਆ ਰਹੇ ਨੇ? ਮੈਂ ਬਹੁਤਾ ਇਹਦੇ ਲਈ ਮੈਂ ਕਮੈਂਟ ਨਹੀਂ ਕਰਦਾ ਪਰ ਮੈਂ ਮੈਂ ਇਹ ਜ਼ਰੂਰ ਕਹੂੰਗਾ ਕਿ ਅਰਜਨਲ ਰਿਸਰਚ ਬਹੁਤ ਘਟ ਗਈ। ओरिजिनल ਰਿਸਰਚ ਹੋਣੀ ਚਾਹੀਦੀ ਹੈਗੀ ਹੈ। ਔਰ ਮੈਂ ਇਹਦੇ 'ਚ ਮੈਨੂੰ ਪੰਜਾਬ ਸਰਕਾਰ ਨੇ ਨਾ ਆਪਣੇ ਹੁਣ ਅਮੈਚਰ ਪ੍ਰੋਫੈਸਰ ਵੀ ਬਾਬਾ ਫਰੀਦ ਯੂਨੀਵਰਸਿਟੀ ਦੇ ਲਈ ਮੈਂ ਹੈਲਪ ਕਰਨ ਨੂੰ ਤਿਆਰ ਹਾਂ। ਓਰジナル ਸਬਜੈਕਟ ਅਨਾਉਂਸਡ ਦਰਸ਼ਣ ਲਈ ਤਿਆਰ ਹਾਂ ਔਰ ਉਹਦੇ ਚ ਜੋ ਮੇਰੀ ਹੈਲਪ ਹੋ ਸਕਦੀ ਹੈ ਮੈਂ ਆਪਣਾ ਪੂਰਾ ਯੋਗਦਾਨ ਦੇਣ ਨੂੰ ਤਿਆਰ ਹਾਂ ਡਾਕਟਰ ਸਾਹਿਬ ਜਾਂਦੇ ਜਾਂਦੇ ਤੁਸੀਂ ਪੰਜਾਬ ਸਰਕਾਰ ਨੂੰ ਸਰਕਾਰੀ ਡਾਕਟਰਾਂ ਨੂੰ ਹਸਪਤਾਲਾਂ ਦੀ ਮੈਨੇਜਮੈਂਟ ਨੂੰ ਕੀ ਸਨੇਹਾਦਾਨਾ ਚਾਹੁੰਦੇ ਹੋ ਤਾਂ ਕਿ ਗਰੀਬ ਲੋਕਾਂ ਦਾ ਇਲਾਜ ਸਰਕਾਰੀ ਹਸਪਤਲ ਬਿਹਤਰ ਹੋ ਸਕੇ ਵਧੀਆ ਹੋ ਸਕੇ ਦਵਾਈਆਂ ਬਿਹਤਰ ਮਿਲਣ ਕਿ ਸਨੇਹਾ ਦੇਣਾ ਚਾਹੁੰਦੇ ਹੋ ਦੇ ਇਹਦੇ ਵਿੱਚ ਇੱਕ ਜਿਹੜੇ ਕੋਟੇਸ਼ਨ ਹੈਗੀ ਹੈ ਮੈਂ ਉਹ ਕੋਟ ਕਰਨਾ ਚਾਹਾਂਗਾ ਆਪਾਂ ਕਹਿੰਦੇ ਆ ਵਰਕ ਇਜ਼ ਵਰਸ਼ਿਪ ਵਰਕ ਵਰਸ਼ਿਪ ਕਦੋਂ ਬਣੇਗਾ ਜਦੋਂ ਸਾਡੀ ਵਰਕ ਪਲੇਸ ਹੈ ਉਹ ਮੰਦਿਰ ਬਣ ਜਾਏ ਗੁਰਦੁਆਰਾ ਬਣ ਜਾਏ ਜਾਂ ਚਰਚ ਬਣ ਜਾਏ ਮਸਜਿਦ ਬਣ ਜਾਏ ਤੇ ਵਰਕ ਜਿਹੜਾ ਆਪਣੇ ਵਰਕ ਜਿਹੜਾ ਹੈਗਾ ਵਰਕ ਕੀ ਹੈ ਹਸਪਤਾਲ ਚ ਕੀ ਹੈ ਮਰੀਜ਼ਾਂ ਨੂੰ ਦੇਖਣਾ ਦਫ਼ਤਰ ਦੇ ਬੰਦਿਆਂ ਦਾ ਕੀ ਕੰਮ ਹੈ ਵੀ ਦਫ਼ਤਰ ਦੀ ਜਿਹੜੀ ਫਾਈਲ ਹੈ ਉਹ ਬੰਦਿਆਂ ਦੀ ਫਾਈਲ ਹੈ ਹੈ ਨਾ ਉਹ ਤਾਂ ਰਬ ਬਣ ਜਾ। ਹਾਂਜੀ ਜਿਹੜਾ ਦਫਤਰ ਹੈ ਉਹ ਮੰਦਿਰ ਬਣ ਜਾਏ ਜਾਂ ਗੁਰਦੁਆਰਾ ਬਣ ਜਾਏ। ਠੀਕ ਹੈ ਤੇ ਉਹ ਸਗਰ ਥੌਟ ਦੇ ਅੰਡਰ ਕੰਮ ਕੀਤਾ ਜਾਏ ਤਾਂ ਬੰਦਾ ਕੰਮ ਗਲਤ ਕਰੇਗਾ ਹੀ ਨਹੀਂ। ਵਰਕ ਨੂੰ ਵਰਸ਼ਿਪ ਅਗਰ ਬਣਾ ਲਿਆ ਜਾਵੇ ਵਰਕਪਲੇਸ ਨੂੰ ਮੰਦਿਰ ਗੁਰਦੁਆਰਾ ਚਰਚ ਜਾਂ ਮਸਜਿਦ ਸਮਝੋ ਤੇ ਆਪਣਾ ਜਿਹੜਾ ਵਰਕ ਹੈਗਾ ਉਹਨੂੰ ਰੱਬ ਸਮਝੋ ਵੀ ਇਹ ਰੱਬ ਦਾ ਕੰਮ ਹੈ ਜੋ ਮੈਂ ਕਰ ਰਿਹਾ ਹੈਗਾ। ਵੈਸੇ ਇੱਕ ਡਾਕਟਰ ਵਾਸਤੇ ਨਹੀਂ ਇਹ ਸਭ ਵਾਸਤੇ ਹੀ ਹੈ। ਅਗਰ ਆਪਣੇ ਕੰਮ ਨੂੰ ਹਰ ਇੱਕ ਬੰਦਾ ਇਹ ਸਮਝੇ ਵੀ ਮੈਂ ਰੱਬ ਦਾ ਕੰਮ ਕਰ ਰਿਹਾ ਹਾਂ ਤੇ ਦੁਨੀਆਂ 'ਚ ਕੋਈ ਪ੍ਰੋਬਲਮ ਰਵੇ ਹੀ ਨਾ ਡਾਕਟਰ ਸਾਹਿਬ ਤੁਹਾਡਾ ਚੜ੍ਹਦੀ ਕਲਾ ਟੈਮ ਜੁੜਨ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਆਈ ਐਮ ਗ੍ਰੇਟਫੁਲ ਟੂ ਚੜ੍ਹਦੀ ਕਲਾ ਟੀਵੀ ਚੜ੍ਹਦੀ ਕਲਾ ਵਾਲੇ ਤੇ ਜਿਹੜੇ ਮਾਲਕੇਦਰਦੀ ਸਾਹਿਬ ਉਹਨਾਂ ਨਾਲ ਤਾਂ ਪੁਰਾਣਾ ਸੰਬੰਧ ਵੀ ਸਾਡਾ ਰਹੇਗਾ ਅਜਿਹਾ ਨਹੀਂ 50 ਸਾਲ ਦਾ ਜਦੋਂ ਇਹਨਾਂ ਦਾ 21 ਨੰਬਰ ਫਾਟਕ ਕੋਲੇ ਇਹ ਹੁੰਦੇ ਸੀਗੇ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣਾ ਕਰੂ ਇੱਥੇ ਭੇਜਿਆ ਇਸ ਇੰਟਰਵਿਊ ਵਾਸਤੇ ਇਹਨਾਂ ਨੇ ਡਾਕਟਰ ਹਰਲ ਮਥਲ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਪਦਮ ਸ਼੍ਰੀ ਵਾਰ ਨਾਲ ਸਨਮਾਨਿਤ ਕੀਤਾ ਗਿਆ ਪਾਰ ਸਰਕਾਰ ਵੱਲੋਂ ਸੋ ਇਸ ਤੋਂ ਬਾਅਦ ਅਸੀਂ ਲਗਾਤਾਰ ਕਿਸੇ ਨਾ ਕਿਸੇ ਹੋਰ ਮਹਿਮਾਨ ਨਾਲ ਤੁਹਾਡੇ ਰੂਬਰੂ ਗੁਰੂ ਕਰਾਵਾਂਗੇ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ